ਧਿਆਨ 'ਚ ਰੱਖਿਆ ਕਰੋ ਕਿ ਜਿਹੜੀ ਆਦਤ ਸ਼ਾਇਦ ਮੈਂ ਆਪਣੇ ਬੱਚੇ ਵਿੱਚ ਹੁਣ ਪਾ ਰਹੀ ਹਾਂ, ਜਿਹੜੀ ਕਿ ਕਨਵੀਨੀਅੰਟ ਆ ਮੇਰੇ ਲਈ, ਈਜ਼ੀ ਆ ਹੁਣ ਕਰਨੀ, ਅਤੇ ਯੂ ਨੋ 2 ਸਾਲਾਂ ਨੂੰ ਜਾਂ 4 ਸਾਲਾਂ ਨੂੰ ਮੈਂ ਕਹਾਂ ਕਿ ਇਹ ਆਦਤ ਮੇਰੇ ਬੱਚੇ 'ਚ ਬਿਲਕੁਲ ਨਾ ਹੋਵੇ, ਇਵੇਂ ਨਹੀਂ ਹੁੰਦਾ ਵਾ। ਇੱਕ ਵਾਰੀ ਆਦਤ ਬਣ ਜਾਂਦੀ ਆ, ਬੱਚੇ ਦਾ ਬ੍ਰੇਨ ਪੈਟਰਨ ਬਣ ਜਾਂਦਾ, ਫਿਰ ਉਸ ਬ੍ਰੇਨ ਪੈਟਰਨ ਨੂੰ ਤੋੜਨਾ ਬੜਾ ਔਖਾ ਹੁੰਦਾ ਵਾ। ਸੋ ਫੋਰ ਇਗਜ਼ਾਮਪਲ, ਮੇਰਾ ਬੱਚਾ ਕੋਕ ਬਹੁਤ ਜ਼ਿਆਦਾ ਪੀਂਦਾ ਵਾ, ਪਹਿਲਾਂ ਤਾਂ ਇਹ ਮਾਈਂਡਫੁਲ ਇਨਾਮ ਮੈਂ ਪੇਰੈਂਟਸ ਨੂੰ ਬਹੁਤ ਇਹ ਕਰਦੇ ਦੇਖਦੀ ਹਾਂ ਕਿ ਤੁਸੀਂ ਆਪਣੇ ਕੋਕ ਫੋਰ ਇਗਜ਼ਾਮਪਲ ਕਾਊਂਟਰ 'ਤੇ ਰੱਖ ਕੇ ਜਿੱਥੇ ਬੱਚਾ ਦੇਖ ਰਿਹਾ, ਅਤੇ ਬੱਚੇ ਨੂੰ ਤੁਸੀਂ ਕਹੋ ਨਹੀਂ ਪੀਣਾ। ਇੰਨਾ ਸੈਲਫ ਕੰਟਰੋਲ ਬੱਚੇ ਵਿੱਚ ਨਹੀਂ ਹੈਗਾ। ਇਸੇ ਹੀ ਕਰਕੇ ਸਾਨੂੰ ਐਜ਼ ਅ ਅਡਲਟ ਜ਼ਿੰਮੇਵਾਰੀ ਦਿੱਤੀ ਜਾਂਦੀ ਇਹਨਾਂ ਬੱਚਿਆਂ ਨੂੰ ਰੇਜ਼ ਕਰਨਾ, ਕਿਉਂਕਿ ਇਹਨਾਂ ਬੱਚਿਆਂ ਨੂੰ ਆਪਦੇ ਚੰਗੇ ਦਾ ਨਹੀਂ ਪਤਾ ਹੈਗਾ ਕਿ ਮੇਰੇ ਲਈ ਕੋਕ ਪੀਣਾ। ਇਹਨਾਂ ਨੂੰ ਤੁਸੀਂ ਇੱਕ ਬੋਟਲ ਵੀ ਦੇ ਦੋਗੇ ਕੋਕ ਦੀ ਤਾਂ ਪੀ ਜਾਣਗੇ, ਬਿਕੋਜ਼ ਇਹਨਾਂ ਨੂੰ ਨਹੀਂ ਇਹ ਸਮਝ ਹੈਗੀ, ਇਹਨਾਂ ਦਾ ਲੋਜੀਕਲ, ਇਹਨਾਂ ਦਾ ਜਿਹੜਾ ਦਿਮਾਗ ਹਜੇ ਜਾਗਿਆ ਨਹੀਂ, ਜਿਹੜਾ ਇੱਕ ਚੰਗੇ ਅਤੇ ਅਨਹੈਲਥੀ ਅਤੇ ਹੈਲਥੀ ਚੀਜ਼ਾਂ ਨੂੰ ਡਿਸਟਿੰਗੁਇਸ਼ ਕਰ ਸਕੇ। ਸੋ ਪਹਿਲਾਂ ਤਾਂ ਇਸ ਚੀਜ਼ ਨੂੰ ਜਾਣ ਕੇ ਕਰਿਆ ਕਰੋ। ਮੋਸਟ ਮਦਰਸ ਕੀ ਕਰ ਮੋਸਟ ਪੇਰੈਂਟ ਕੀ ਕਰਦੇ ਆ ਕਿ ਆਪ ਕੋਕ ਦੀ ਬੋਤਲ ਯੂ ਨੋ ਆਪ ਕੋਕ ਦੀ ਬੋਤਲ ਮੂਹਰੇ ਰੱਖਦੇ ਆ ਅਤੇ ਕੋਕ ਪੀਂਦੇ ਆ, ਅਤੇ ਬੱਚੇ ਨੂੰ ਵਰਜਦੇ ਆ ਕਿ ਬੱਚੇ ਕੋਕ ਨਹੀਂ ਪੀਣਾ। ਇੱਦਾਂ ਨਹੀਂ ਹੁੰਦਾ ਗਾ, ਇੰਨਾ ਸੈਲਫ ਕੰਟਰੋਲ ਬੱਚਿਆਂ ਦੇ ਵਿੱਚ ਨਹੀਂ ਹੁੰਦਾ। ਜਦੋਂ ਉਹਨਾਂ ਦੇ ਮੂਹਰੇ ਕੋਈ ਚੀਜ਼ ਇੱਦਾਂ ਦੀ ਰੱਖੀ ਜਿਹੜੀ ਉਹਨਾਂ ਨੂੰ ਪਸੰਦ ਆ, ਜਿਹੜੀ ਉਹਨਾਂ ਨੂੰ ਸਵਾਦ ਲੱਗਦੀ ਆ, ਉਹ ਮੰਗਣਗੇ। ਕਰਨਾ ਕੀ ਆਪਾਂ, ਜੇ ਤੁਸੀਂ ਆਪਣੇ ਬੱਚੇ ਨੂੰ ਕੋਕ ਨਹੀਂ ਚਾਹੁੰਦੇ, ਉਹ ਕੋਕ ਐਜ਼ ਅ ਇਨਟੇਕ ਬੰਦ ਕਰਨੀ ਪਊਗੀ, ਮੇ ਬੀ ਘਰੇ ਲਿਆਉਣਾ ਬੰਦ ਕਰਨਾ ਪਊਗਾ, ਯੂ ਨੋ ਆਪਦੀ ਇਨਟੇਕ ਬੰਦ ਕਰਨੀ ਪਊਗੀ ਐਜ਼ ਅ ਪੇਰੈਂਟ, ਬਿਕਾਜ਼ ਜਦੋਂ ਅਸੀਂ ਪੀ ਰਹੇ ਹੁੰਦੇ, ਬੜਾ ਕਨਵੀਨੀਅੰਟ ਅਤੇ ਈਜ਼ੀ ਹੁੰਦਾ ਸਾਡੇ ਲਈ ਬੱਚੇ ਨੂੰ ਕੋਕ ਦੇ ਦੇਣਾ, ਯੂ ਨੋ ਕੋਈ ਹੋਰ ਚੀਜ਼ ਜੂਸ ਵਗੈਰਾ ਜਾਂ ਚੱਕ ਕੇ ਦੇ ਦੇਣਾ। ਸੋ ਪਹਿਲਾਂ ਤਾਂ ਇਹ ਕਰੋ ਕਿ ਕੋਕ ਕੁਝ ਦੀ ਨਜ਼ਰ 'ਚ ਨਾ ਹੋਵੇ। ਜੇ ਤੁਸੀਂ ਕੋਕ ਆਪਣੇ ਬੱਚੇ ਨੂੰ ਦੇਣਾ ਨਹੀਂ ਚਾਹੁੰਦੇ, ਕਿ ਕੋਕ ਉਸਦੀ ਨਜ਼ਰ 'ਚ ਨਾ ਹੋਵੇ, ਉਸਦੀ ਨਜ਼ਰ ਦੇ ਸਾਹਮਣੇ ਰੱਖ ਕੇ ਉਹਨੂੰ ਨਾ ਨਾ ਕਰੋ, ਬਿਕਾਜ਼ ਇੰਨਾ ਸੈਲਫ ਕੰਟਰੋਲ ਉਹਦੇ ਵਿੱਚ ਹੈ ਨਹੀਂ ਗਾ, ਹੈ ਨਾ। ਸੋ ਸੈਕਿੰਡ ਚੀਜ਼ ਹੈ ਕਿ ਜਦੋਂ ਵੀ ਤੁਸੀਂ ਆਪ ਕੋਕ ਪੀਂਦੇ ਹੋ, ਉਹ ਮਾਈਂਡਫੁਲ ਹੋਇਆ ਕਰੋ ਕਿ ਤੁਹਾਡਾ ਬੱਚਾ ਤੁਹਾਨੂੰ ਵਾਚ ਕਰ ਰਿਹਾ, ਤੁਹਾਡੀ ਮਾਡਲਿੰਗ ਦੇਖ ਰਿਹਾ ਵਾ। ਐਂਡ ਥਰਡ ਥਿੰਗ, ਜਦੋਂ ਤੁਸੀਂ ਆਪਣੇ ਬੱਚੇ ਦੀ ਕੋਈ ਵੀ ਆਦਤ ਤੋੜਨੀ ਆ, ਯਾਦ ਰੱਖੋ ਕਿ ਆਦਤ ਟੁੱਟਣ ਵੇਲੇ ਟਾਈਮ ਲੱਗਦਾ, ਬੱਚੇ ਦੀ ਫਰਸਟ੍ਰੇਸ਼ਨ ਆਉਂਦੀ ਆ। ਕੋਈ ਵੀ ਆਦਤ ਤੋੜਨੀ ਆ, ਜੇ ਉਹ ਯੂ ਨੋ ਬਣ ਹੀ ਚੁੱਕੀ ਆਦਤ, ਅਤੇ ਹੁਣ ਉਹ ਆਦਤ ਆਪਾਂ ਨਹੀਂ ਚਾਹੁੰਦੇ ਕਿ, ਸੋ ਤੋੜਨ ਵੇਲੇ ਜਦੋਂ ਵੀ ਤੁਸੀਂ ਉਹਤੋਂ ਕੋਕ ਪਾਸੇ ਰੱਖੋਗੇ, ਉਹ ਫਰਸਟ੍ਰੇਟ ਹੋਊਗਾ, ਉਹਦੀਆਂ ਔਖੀਆਂ ਭਾਵਨਾ ਉਜਾਗਰ ਹੋਣਗੀਆਂ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਇਸ ਚੀਜ਼ ਨਾਲ ਉਹਦੀ ਆਦਤ ਹਟਾਉਣੀ ਆ, ਕਿ ਇੱਕ ਨੈਚੁਰਲ ਪ੍ਰੋਸੈਸ ਆ, ਇੱਕ ਨੈਚੁਰਲ ਚੀਜ਼ ਆ ਕਿ ਜਦੋਂ ਵੀ ਕਿਸੇ ਬੱਚੇ ਦੀ ਆਦਤ, ਜਾਂ ਆਪਾਂ ਵੀ ਕਦੇ ਆਦਤ ਛੱਡਦੇ ਹਾਂ, ਉਹ ਬੜੀ ਅਨਕੰਫਰਟੇਬਲ ਹੁੰਦੀ ਆ, ਅਸੀਂ ਦੁਖੀ ਮਹਿਸੂਸ ਕਰਦੇ ਹਾਂ, ਅਸੀਂ ਅੰਦਰੋਂ ਫਰਸਟ੍ਰੇਟਡ ਮਹਿਸੂਸ ਕਰਦੇ ਹਾਂ। ਸੋ ਇਹ ਬੜਾ ਨੋਰਮਲ ਹੋਊਗਾ।